भी सबर नहीं छड़ना, सिदक नहीं छड़ना। मां साहब आखिरी सवाल है, सियासत किस तरह की होनी चाहिए जिस तरह पंजाब नूं सही दिशा मिले, क्योंकि सियासतदान अज चंगे नहीं है, सियासतदान खा रहे ने। ये बिगड़ा है बंदा पूरा। ये मनजीत दसूगा, मैं नहीं दसना इहदे बारे सियासत किदां दी होनी चाहिए। ये साडे बड़े सहयोग मिले दुनिया भर दा जी, उहदे बारे की कहोगे, लोकां नूं की सुनेहा देना चाहिए? देखो जदों चंगे काम लई कल्ला ही बंदा निकलदा है फिर दुनिया मगर हो लैंदी है, पर इस काम लई तां सारा पंजाब ही निकल आया सी, ते इहने तां होणा ही सी यार। ਪਰ ਇਹਨਾਂ ਪੰਜਾਬੀਆਂ ਨੂੰ ਅੱਤਵਾਦੀ ਵੱਖਵਾਦੀ ਕਹਿ ਕੇ ਕੌਣ ਕਹਿੰਦਾ ਵਾਜਿਆ ਗਿਆ, ਜੋ ਸਰਕਾਰਾਂ ਨੇ ਵੀ ਕਿਹਾ, ਉਹਨਾਂ ਨੇ ਵੀ ਕਿਹਾ, ਜਿਹੜੇ ਟਿੱਪਣੀਆਂ ਕਰਨ ਵਾਲਿਆਂ ਨੇ ਵੀ ਕਿਹਾ। ਵਾਜਾ ਦੱਸਦਾ ਜਦੋਂ 92 'ਚ ਦੌਰ ਚੱਲਿਆ ਉਹ ਕਿਹਨੇ ਸਿਸਟਮ ਨੇ ਮੁੰਡਿਆਂ ਦੇ ਹੱਥਾਂ 'ਚ ਵੈਪਨ ਫੜਾਏ ਨਾ, ਮੁੰਡਿਆਂ ਦਾ ਜੀ ਕਰਦਾ ਸੀ ਕਰੋ। ਔਰ ਮੈਂ ਤਾਂ ਇਹ ਕਰਦਾ ਕਿ ਹੁਣ ਬੜਾ ਸਾਜ਼ਗਾਰ ਮਾਹੌਲ ਹੋਇਆ। ਦੇਖੋ ਦੋ ਚੀਜ਼ਾਂ ਮੈਂ ਤੁਹਾਨੂੰ ਕਹੂੰਗਾ ਕਿ ਹੁਣ ਸਰਕਾਰ ਨਾਲ ਆਪਣਾ ਕੰਪਰੋਮਾਈਜ਼ ਹੋ ਗਿਆ, ਆਪਾਂ ਨੇ ਸ਼ੈਲੀ ਬਦਲਣੀ, ਹੁਣ ਚੱਕਤਾ ਠੋਕਤਾ ਇਹ ਬੰਦ ਕਰੋ, ਇਹ ਨਹੀਂ ਕਰਨਾ। ਉਹਨਾਂ ਨੇ ਮਾਫ਼ੀ ਮੰਗ ਲਈ, ਬਹੁਤ ਅੱਛੀ ਗੱਲ ਹੈ, ਆਪਾਂ ਉਹਨਾਂ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਲੋਕਾਂ ਨੇ ਚੁਣ ਕੇ ਬਣਾਇਆ, ਉਹ ਮਾਫ਼ੀ ਮੰਗ ਲਈ, ਉਹ ਸਾਡਾ ਕੰਮ ਹੋ ਗਿਆ, ਅਗਲੇ ਕੰਮਾਂ ਲਈ ਆਪਾਂ ਫਿਰ ਜਦੋਂ ਜਹਿਦ ਕਰਦੇ ਰਹਾਂਗੇ। ਸਮਾਜਿਕ ਜਿਹੜੇ ਜਥੇਬੰਦੀਆਂ ਹੁੰਦੀਆਂ ਉਹਨਾਂ ਦੀ ਕਦੇ ਜ਼ਿੰਮੇਦਾਰੀ ਨਹੀਂ ਮੁੱਕਦੀ। ਔਰ ਜਿੰਨੇ ਵੀ ਨੌਜਵਾਨ ਸਜ਼ਾ ਭੁਗਤ ਲਈ ਜਿਹੜੇ ਬੰਦ ਆ ਉਹ ਬਾਹਰ ਆਉਣੇ ਚਾਹੀਦੇ, ਬੜਾ ਅੱਛਾ ਮਾਹੌਲ ਆ, ਉਹਨਾਂ ਨੂੰ ਆਪਣੇ ਘਰਾਂ 'ਚ ਬੈਠਣਾ ਚਾਹੀਦਾ ਆਪਣੇ ਪਰਿਵਾਰਾਂ ਕੋਲ। ਔਰ ਪੰਜਾਬ ਦਾ ਮਾਹੌਲ ਹੁਣ ਬਹੁਤ ਖੂਬਸੂਰਤ ਹੋ ਗਿਆ, ਭਾਈਚਾਰਕ ਸਾਂਝ ਵੱਧ ਗਈ, ਹਰਿਆਣਾ ਦੇ ਨਾਲ ਆ ਗਿਆ, UP ਵੀ ਨਾਲ ਆ ਗਿਆ, ਹੁਣ ਤਾਂ ਕਿਸਾਨ ਹੀ ਕਿਸਾਨ ਆ ਬਸ, ਹੁਣ ਤੁਹਾਡਾ ਬੱਚਾ ਨਾ ਕਿਸਾਨ ਕਹਾਉਣ 'ਚ ਫਖਰ ਮਹਿਸੂਸ ਕਰੂਗਾ। ਸਰ ਨਸ਼ੇੜੀ ਕਿਹਾ ਜਾਂਦਾ ਸੀ ਪੰਜਾਬ ਨੂੰ ਕਦੀ, ਅੱਜ ਉਹ ਨਸ਼ੇੜੀਆਂ ਨੇ ਦੱਸ ਦਿੱਤਾ ਕਿ ਅਸੀਂ ਨਸ਼ੇੜੀ ਨਹੀਂ, ਅਸੀਂ ਕਿਰਤ ਕਰਦੇ ਹਾਂ, ਅਸੀਂ ਕੰਮ ਕਰਦੇ ਹਾਂ, ਇਹ ਗੱਲ ਉਹਨਾਂ ਨੇ ਦੱਸ ਦਿੱਤੀ ਆ। ਤਾਂ ਹੁਣ ਲੱਗਦਾ ਕਿ ਸਰਕਾਰ ਜਿਹੜੀ ਆਪਣੀ 2022 ਦੀ ਜਿਹੜੀ ਚੋਣਾਂ ਆਉਣ ਵਾਲੀਆਂ ਉਹਨਾਂ ਨੂੰ ਲੈ ਕੇ ਇਹਨਾਂ ਨੇ ਹੱਲ ਕੀਤਾ ਵਾ, ਜਾਂ ਫਿਰ ਇਹ ਜਿਹੜਾ ਮਸਲਾ ਜਿਹੜੀ ਏਕਤਾ ਨੂੰ ਵੇਖ ਕੇ ਇਹਨਾਂ ਮਸਲਿਆਂ 'ਤੇ ਮਨਜੀਤ ਜਵਾਬ ਦੇਣਗੇ? ਦੇਖੋ ਇੱਦਾਂ ਨਹੀਂ, ਇਸ ਨਜ਼ਰੀਏ ਨਾਲ ਜੇ ਸੋਚਾਂਗੇ ਫਿਰ ਤਾਂ ਜ਼ਿੰਦਗੀ 'ਚ ਕੁਛ, ਇਹ ਤਾਂ ਇਹ ਹੈ ਬਹਿਸ ਦਾ ਪੁਆਇੰਟ ਬਣ ਗਿਆ ਤੁਹਾਡਾ, ਵੀ ਜੇ ਨਾ ਜੀ ਵੋਟਾਂ ਨਾ ਹੁੰਦੀਆਂ ਫਿਰ ਸਰਕਾਰ ਨੇ ਮੰਨਣਾ ਨਹੀਂ ਸੀ, ਫਿਰ ਤਾਂ ਬਹਿਸ ਹੈ, ਇਹ ਤੁਹਾਡਾ ਅੰਦਾਜ਼ਾ ਹੈ, ਇੱਦਾਂ ਨਹੀਂ। ਇਸ ਕਰਕੇ ਮਾਨ ਸਾਹਿਬ ਕਿ ਸਮਾਂ ਇੱਕ ਸਾਲ ਤੋਂ ਵੱਧ ਲੱਗਿਆ, ਤੁਸੀਂ ਨਾ ਲੱਗਦੇ 700 ਸ਼ਹਾਦਤਾਂ ਨਾ ਹੁੰਦੀਆਂ, ਦਿਮਾਗ 'ਚ ਇੱਕ ਪਾ ਲਓ, ਇਹ ਦੌਰ ਬਦਲ ਗਿਆ, ਹੁਣ ਜਿਹੜਾ ਜ਼ਮਾਨਾ ਹੈ ਇਹ ਪਹਿਲਾਂ ਲੜਾਈਆਂ ਦਾ ਯੁੱਗ ਹੁੰਦਾ ਸੀ, ਹਥਿਆਰਬੰਦ ਘੋਲ ਹੁੰਦੇ ਸੀ, ਹੁਣ ਜ਼ਮਾਨਾ ਦਲੀਲ ਦਾ ਆ ਗਿਆ, ਦਿਮਾਗਾਂ ਵਾਲੇ ਜਿੱਤਦੇ ਆ। ਤੋ ਜਿਹੜੀ ਠੰਡੀ ਇੱਕ ਹੁੰਦੀ ਹੈ ਨਾ ਜੰਗ, ਇਹਦੇ 'ਚ ਵਕਤ ਲੱਗਿਆ ਕਰਦਾ, ਸਾਲ ਤਾਂ ਕੁਛ ਵੀ ਨਹੀਂ ਯਾਰ, ਰੁਲਦਿਆਂ ਨੂੰ ਕਿੰਨੇ ਕਿੰਨੇ ਸਾਲ ਹੋ ਗਏ ਕਈ ਮੁਲਕਾਂ 'ਚ ਆਪਦੇ ਹੱਕ ਲੈਣ ਲਈ।